ਲੁਧਿਆਣੇ ਵਾਲੇ ਪਾਸੇ ਸਤਲੁਜ ਦੇ ਵਿੱਚ ਮਾਈਨਿੰਗ ਆ ਜਿਹੜੀ ਉਹ ਲਗਾਤਾਰ ਢੱਲੇ ਨਾਲ ਚੱਲ ਰਹੀ ਹੈ ਰੁਕੀ ਨਹੀਂ ਆ ਤੇ ਉਹ ਕੌਣ ਕਰਦਾ ਫਿਰ ਦੇਖੋ ਪੰਜਾਬ ਸਰਕਾਰ ਨੇ ਕਈ ਦਫਾ ਇਹ ਚੀਜ਼ਾਂ ਬੋਲੀਆਂ ਨੇ ਪਰ ਹਲੇ ਤੱਕ ਉਹ ਚੀਜ਼ਾਂ ਜਿਹੜੇ ਗੱਲਾਂ ਕੀਤੀਆਂ ਉਸੇ ਕੰਮ ਨੇ ਉਹਨਾਂ ਤੇ ਇਹ ਵੀ ਕਹਿ ਦਿੱਤਾ ਇਸ ਪੰਜਾਬ ਸਰਕਾਰ ਨੇ ਕਿ ਜਿਸ ਵੀ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਹੋ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜ਼ਿੰਮੇਵਾਰ ਹੋਏਗਾ ਕਿਸ ਨੂੰ ਜ਼ਿੰਮੇਵਾਰੀ ਬਣਾਇਆ ਗਿਆ ਕਿਸ ਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਗਈ ਹੈ ਹੁਣ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਹੋ ਰਹੀ ਆ 30 ਸਤੰਬਰ 2024 ਤੱਕ ਤਾਂ ਵੈਸੇ ਬੈਨ ਸੀ ਅਗਰ ਇਸ ਦੇ ਬਾਵਜੂਦ ਵੀ ਮਾਈਨਿੰਗ ਲੁਧਿਆਣੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਮਾਈਨਿੰਗ ਹੋ ਰਹੀ ਆ ਖਾਸ ਕਰਕੇ ਸਾਨੇਵਾਲ ਦੇ ਨੇੜੇ ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨਵਾਂ ਸ਼ਹਿਰ ਜਾ ਕੇ ਟੱਚ ਕਰਦੇ ਨੇ ਅਗਰ ਇਹਨਾਂ 도ੜਨਾ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਤੇ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੀ ਸੁੱਤੇ ਹੋਏ ਨੇ ਮਤਲਬ ਜਾਂ ਤੇ ਉਹਨਾਂ ਅਫਸਰਾਂ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਦੇ ਉੱਪਰ ਜਾਂ ਤੇ ਕਿਸੇ ਪੋਲੀਟੀਕਲ ਬੰਦੇ ਦਾ ਦਬਾਅ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਉਹਨਾਂ ਨੂੰ ਰੋਕਣ ਵਾਸਤੇ ਪੋਲੀਟੀਕਲ ਦਬਾਅ ਜਾਂ ਤੇ ਇਹ ਕ ਇਹਨਾਂ ਦਾ ਹਿੱਸਾ ਪੱਤੀ ਹੋਵੇ ਸਦਾ ਸਿਵਲ ਪ੍ਰਸ਼ਾਸਨ ਦਾ ਦੋ ਚੀਜ਼ਾਂ ਹੋਵੇ ਜਾਂ ਤੇ ਸਰਕਾਰ ਪਾਸੇ ਕੋਈ ਰੋਕ ਰਿਹਾ ਜਾਂ ਫਿਰ ਉਹਨਾਂ ਦੀ ਆਪਣੀ ਦੁਕਾਨ ਚੱਲਦੀ ਆ ਤੇ ਤੀਜਾ ਤੇ ਤੁਸੀਂ ਪਹਿਲੂ ਕੀ ਹੋ ਸਕਦਾ ਦੋ ਪਹਿਲੂ ਹੀ ਹੋ ਸਕਦੇ ਨਾ ਜਾਂ ਜੇ ਸਰ ਜਦੋਂ ਕੰਮ ਕਰਨਾ ਚਾਹੁੰਦੇ ਵੱਡਾ ਕੋਈ ਫੂਨਟ ਚਲੇ ਜਾਂਦਾ ਜਾਂ ਫਿਰ ਜਿਹੜੇ ਮਾਈਨਿੰਗ ਗੀਅਰ ਕੋਈ ਨਹੀਂ ਕਰਗੇ ਉਹ ਉਹਨਾਂ ਦਾ ਘਰ ਚਲਾ ਰਹੇ ਨੇ ਹੁਣ ਇਹ ਜਿਹੜੀ ਸਥਿਤੀ ਆ ਰਹੀ ਇਸ ਮਸਲੇ ਦੇ ਵਿੱਚ ਬੜਾ ਇਹ ਇੱਕ ਕਿਉਂਕਿ ਪਿਛਲੇ ਟਾਈਆਂ ਸਾਲਾਂ ਤੋਂ ਸੂਬੇ ਦੇ ਅੰਦਰ ਗੈਰਕਾਨੂੰਨੀ ਮਾਈਨਿੰਗ ਨਹੀਂ ਰੁਕੀ ਆਗੀ। ਔਰ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਚ 2022 ਦੇ ਵਿੱਚ ਚੋਣ ਪ੍ਰਚਾਰਨ ਕਰਨ ਦੇ ਉਹਨਾਂ ਨੇ ਪੰਜਾਬ ਦੇ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਹਰ ਰੈਲੀ ਚੋਂ ਹਰ ਰੋਡ ショਅ ਦੇ ਵਿੱਚ ਉੱਚੀ ਉੱਚੀ ਬਾਹਾਂ ਕਰਕੇ ਰੌਲਾ ਪਾਇਆ ਸੀ ਕਿ ਜੀ ਮੈਂ ਆਈਆਰਐਸ ਅਫੀਸਰ ਹਾਂ ਮੈਂ ਬਾਣੀਆਂ ਦਾ ਮੁੰਡਾ ਔਰ ਮੈਨੂੰ ਪਤਾ ਪੈਸਾ ਕਿਵੇਂ ਇਕੱਠਾ ਕਰੀਦਾ ਹੈਗਾ। ਉਹਨਾਂ ਨੇ ਦੋ ਕਿਹਾ ਸੀ ਕਿ 20000 ਕਰੋੜ ਰੁਪਈਆ ਆਊਗਾ ਰੇਤਾ ਚੋਂ ਤੇ 30000 ਕਰੋੜ ਰੁਪਈਆ ਆਊਗਾ ਸ਼ਰਾਬ ਚ ਮਤਲਬ 1 ਸਾਲ ਦਾ 50000 ਕਰੋੜ ਰੁਪਈਆ ਹੋ ਗਿਆ ਆਪਣੇ 2.5 ਸਾਲ ਹੋ ਗਏ ਨੇ ਮਤਲਬ 2 ਸਾਲਾਂ ਦਾ ਲੱਖ ਕਰੋੜ ਹੋ ਗਿਆ ਤੇ ਬਾਕੀ ਅੱਧੇ ਲਾ ਲੋ ਅੱਧੇ ਸਾਲ ਦਾ ਸਵਾ ਲੱਖ ਕਰੋੜ ਰੁਪਈਆ ਜਿਹੜਾ ਵਾ ਉਹ ਪੰਜਾਬ ਦਾ ਕਿੱਥੇ ਗਿਆ ਕਿਹਦੀ ਜੇਬ ਦੇ ਵਿੱਚ ਗਿਆ ਕੌਣ ਖਾ ਗਿਆ ਕਿਹੜਾ ਰੇਤਾ ਚੁੱਕੀ ਜਾ ਰਿਹਾ ਕਿਹੜਾ ਸ਼ਰਾਬ ਚੋਂ ਪੈਸੇ ਨਹੀਂ ਆਏ ਇਹਦਾ ਮਤਲਬ ਸਰਕਾਰ ਦੇ ਤੁਹਾਡੀ ਤੁਹਾਡੇ ਬੰਦੇ ਖਾ ਗਏ ਹੋਏ ਜੇ ਤੁਸੀਂ ਕਹਿ ਰਹੇ ਕਿ 20000 ਕਰੋੜ ਰੁਪਇਆ ਮਾਈਨਿੰਗ ਚਾਊਗਾ ਸਾਲ 'ਚ ਤੇ ਉਹਦੇ 2000 ਕਰੋੜ ਰੁਪਇਆ ਵੀ ਨਹੀਂ ਆਇਆ ਤੁਸੀਂ ਕਹਿ ਰਹੇ ਹੋ ਕਿ 30000 ਕਰੋੜ ਰੁਪਇਆ ਐਕਸਾਈਜ਼ ਚ ਆਊਗਾ ਤੇ ਸਾਲ ਦਾ ਤੇ 5000 ਕਰੋੜ ਰੁਪਇਆ ਵੀ ਨਹੀਂ ਆਉਂਦਾ ਬਾਕੀ ਪੈਸੇ ਕੌਣ ਖਾ ਗਿਆ ਇਹ ਤੇ ਪੰਜਾਬ ਦੀ ਜਨਤਾ ਨੂੰ ਸਵਾਲ ਪੁੱਛਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਜਨਤਾ ਕੋ ਜਾਂਦੇ ਪੁੱਛਣ ਤਾਂ ਸਹੀ ਕਿ ਪਿਛਲੇ ਤੁਸੀਂ ਸਵਾ ਲੱਖ ਕਰੋੜ ਛੱਡੋ ਤੁਸੀਂ 1 ਲੱਖ ਕਰੋੜ ਛੱਡੋ ਤੁਸੀਂ ਸਾਨੂੰ ਢਾਈਆਂ ਸਾਲਾਂ ਦਾ 50000 ਕਰੋੜ ਰੁਪਏ ਦਿਖਾ ਦੋਗੇ ਜਰਿਤਾ ਜਿੰਦੇ ਸ਼ਰਾਬ ਚ ਆਇਆ ਹੈਗਾ ਮਤਲਬ ਗੱਲਾਂ ਐਡੀਆਂ ਵੱਡੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਹਵਾ ਦੇ ਵਿੱਚ ਹੀ ਇਹਨਾਂ ਨੇ ਉਦੋਂ ਇਹ ਵੱਡੀਆਂ ਗੱਲਾਂ ਕਰਕੇ ਜਿਹੜੀਆਂ ਹੁਣ ਝੂਠੀਆਂ ਸਾਬਤ ਹੋ ਗਈਆਂ ਉਹ ਕਾਲੀਆਂ ਦੇ ਕਾਂਗਰਸ ਨੂੰ ਕਹਾ ਕਿ ਦੇਖੋ ਜੀ ਅਸੀਂ ਤਾਂ 30000 ਕਰੋੜ ਰੁਪਇਆ ਸ਼ਰਾਬ ਚੋਂ ਕੱਢਣਾ ਤੇ ਇਹ ਖਾਂਦੇ ਰਹੇ ਅਸੀਂ ਦੀ ਰੇਤਾ ਚੋਂ 20000 ਕਰੋੜ ਰੁਪਇਆ ਕੱਢਣਾ ਵਾ ਤੇ ਇਹ ਖਾਂਦੇ ਰਹੇ ਮਤਲਬ ਜੇ ਉਹ ਖਾਂਦੇ ਰਹੇ ਨੇ ਮਤਲਬ ਤੁਸੀਂ ਵੀ ਖਾਧਾ ਮਤਲਬ ਸਾਲ ਦਾ 50000 ਕਰੋੜ ਰੁਪਇਆ ਰੇਤਾ ਤੇ ਸ਼ਰਾਬ ਚੋਂ ਤੁਸੀਂ ਖਾ ਗਿਓ ਹੁਣ ਜਿਹੜੀ ਸਤਲੁਜ ਦਰਿਆ ਦੇ ਕੰਢੇ ਜਿਹੜੀ ਮਾਈਨਿੰਗ ਹੋ ਰਹੀ ਆ ਇਹ ਜ਼ਿੰਮੇਵਾਰੀ ਤੇ ਬੰਦੀ ਨਵਾਂ ਸ਼ਹਿਰ ਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੁਣ ਲੁਧਿਆਣਾ ਦੇ ਜਿਹੜੀ ਡਿਪਟੀ ਕਮਿਸ਼ਨਰ ਦੇ ਨਾਲ ਜਦੋਂ ਅੱਜ ਮੀਡੀਆ ਨੇ ਗੱਲਬਾਤ ਕੀਤੀ ਜਿਹੜ ਅਸੀਂ ਜੀ ਅਸੀਂ ਅਚਨਚੇਤ ਜੀ ਸਰਪ੍ਰਾਈਜ਼ਿੰਗ ਚੈਕਿੰਗ ਕਰਿਆ ਕਰਾਂਗੇ ਵੀ ਇਹਦੇ ਚ ਸਰਪ੍ਰਾਈਜ਼ਿੰਗ ਚੈਕਿੰਗ ਕੀ ਕਰੋਗੇ ਤੁਹਾਨੂੰ ਪਤਾ ਨਾਲ ਪੁਲਿਸ ਲੋਕੀ ਗਵਾਹ ਬਨਣ ਤਿਆਰ ਲੋਕਾਂ ਪਿੰਡਾਂ ਦੇ ਵਿੱਚ ਛੜਕਾ ਤੋੜ ਦਿੱਤੇ ਜਾਂ ਲਿੰਕ ਰੋਡ ਤੋੜ ਦਿੱਤੇ ਉਹਨਾਂ ਨੂੰ ਪਿੱਛੋਂ ਟਿੱਪਰ ਨੇ ਜੀ ਸੀ ਬੀ ਮਸ਼ੀਨਾਂ ਨੇ ਪੋਕਲੈਨ ਮਸ਼ੀਨਾਂ ਨੇ ਕਰੋ ਜ਼ਬਤ ਕਰੋ ਮੁਕਦਮੇ ਦਰਜ ਹੁਣ ਇਹ ਜਿਹੜੀਆਂ ਗੱਲਾਂ ਕੀਤੀਆਂ ਯਾਰਿਆਂ ਨੇ ਦੇਖੀਏ ਕਿ ਜੀ ਏ ਡੀ ਸੀ ਦੀ ਅਗਵਾਈ ਚ ਇੱਕ ਨੋਡਲ ਆਫੀਸਰ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ ਹੁਣ ਜ਼ਿੰਮੇਵਾਰੀਆਂ ਤੈਅ ਕਰਦੇ ਨੇ ਰਿਜ਼ਲਟ ਤੇ ਜ਼ੀਰੋ ਆ ਮਤਲਬ ਘੱਟੋ ਘੱਟ ਅੱਜ ਹੀ ਮਾਈਨਿੰਗ ਨਾਲ ਉਹ ਅੱਜ ਵੀ ਮਾਈਨਿੰਗ ਹੋ ਰਹੀ ਆ ਇਹਦਾ ਮਤਲਬ ਆ ਕਿ ਜਿਹੜੀ ਰੋਪੜ ਦੇ ਆਲੇ-ਦੁਆਲੇ ਹੁੰਦੀ ਆ ਮਾਈਨਿੰਗ ਜਿਹੜੀਆਂ ਇਸ ਏਰੀਆ ਦੇ ਵਿੱਚ ਬੜਾ ਇਹ ਏਰੀਆ ਬਦਨਾਮ ਹੋਇਆ ਜਾਂ ਲੁਧਿਆਣੇ ਵਾਲੇ ਪਾਸੇ ਮਾਈਨਿੰਗ ਹੋ ਰਹੀ ਆ ਇਹ ਇਹ ਕੌਣ ਕਰ ਕੌਣ ਰਿਹਾਗਾ ਇਹ ਇ ਇਥੋਂ ਦੇ ਜਿਹੜੇ ਐਮ ਐਮ ਐਲ اے ਸਾਹਿਬ ਨੇ ਇਨ੍ਹਾਂ ਇਲਾਕਿਆਂ ਜਿੱਥੇ ਮਾਈਨਿੰਗ ਹੋ ਰਹੀ ਆ ਪੰਜਾਬ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਮਾਈਨਿੰਗ ਆਪਦੇ ਚੋਲੇ ਦੋ ਐਗਜ਼ਾਮਪਲ ਆ ਦੇਤੀਆਂ ਕਿਉਂਕਿ ਰੋਪੜ ਦਾ ਰੌਲਾ ਤੇ ਹਾਈ ਕੋਰਟ ਦੇ ਵਿੱਚ ਵੀ ਪੈਂਦਾ ਰਿਹਾ ਤੇ ਅੱਜ ਲੁਧਿਆਣੇ ਦਾ ਰੌਲਾ ਪੈ ਗਿਆ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਮਾਈਨਿੰਗ ਹੋ ਰਹੀ ਆ ਔਰ ਸਰਕਾਰ ਕਹ ਰਹੀ 30 ਸਤੰਬਰ ਤੱਕ ਮਾਈਨਿੰਗ ਨਹੀਂ ਹੋ ਸਕਦੀ ਤੇ ਫਿਰ ਮਾਈਨਿੰਗ ਕਰ ਕੌਣ ਰਿਹਾ ਕੀ ਪੰਜਾਬ ਤੋਂ ਕੋਈ ਬਾਹਰ ਲਾ ਕੇ ਮਾਈਨਿੰਗ ਕਰ ਰਿਹਾ ਹੈ ਗੈਰਕਾਨੂੰਨੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪਤਾ ਨਹੀਂ ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਅਧਿਕਾਰੀਆਂ ਨੂੰ ਜਾਂ ਡਿਪਟੀ ਕਮਿਸ਼ਨਰ ਨੂੰ ਨਹੀਂ ਪਤਾ ਇਹ ਤਾਂ ਮਤਲਬ ਸਾਰੇ ਤੇ ਵਿਕੇ ਨਹੀਂ ਹੋ ਸਕਦੇ ਸਾਰੇ ਤੇ ਪੈਸੇ ਖਾਂਦੇ ਨਹੀਂ ਹੋਣਗੇ ਪਰ ਡਰਾਵਾ ਜਾਂ ਤਮਕਾਇਆ ਜਾ ਰਿਹਾ ਹੋਊਗਾ ਜਾਂ ਚੁੱਪ ਰਹਿਣ ਵਾਸਤੇ ਕਿਹਾ ਹੋਵੇ ਵੀ ਡਿਊਟੀ ਕਰਨੀ ਤੇ ਚੁੱਪ ਕਰਕੇ ਕਰੋ ਜਿਆਦਾ ਫਰਜ਼ਾਂ ਦੇ ਬਾਰੇ ਧਿਆਨ ਹੀ ਨਾ ਦੇਣ ਜਾਂ ਤੇ ਉਹ ਵਜ੍ਹਾ ਹੋ ਸਕਦੀ ਪਰ ਮੈਨੂੰ ਇਹ ਲੱਗਦਾ ਕਿ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਨਾ ਉਹ ਲਗਭਗ ਸਾਰਿਆਂ ਨੂੰ ਆਪਣੀਆਂ ਆਪਣੀਆਂ ਕੁਰਸੀਆਂ ਪਿਆਰੀ ਪਿਆਰੀਆਂ ਪੁਲਿਸ ਅਫਸਰਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਕਿ ਜੇ ਅਸੀਂ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਨੂੰ ਕਾਬੂ ਕਰ ਲਿਆ ਉਹਨਾਂ ਦੀਆਂ ਪਹੁੰਚ ਤੇ ਬੜੀ ਉੱਪਰ ਤੱਕ ਨਹੀਂ ਇੱਕ ਉਦਾਹਰਨ ਆਈ ਵੀ ਸੀ ਸਾਹਮਣੇ ਉਸ ਤੋਂ ਬਾਅਦ ਬਣਿਆ ਕਿ ਉਸ ਜ਼ਿਲ੍ਹਾ ਪ੍ਰਸ਼ਾਸਨ ਦਾ ਐਸਐਸਪੀ ਤੱਕ ਨੂੰ ਬਦਲ ਲਈ ਕਰ ਦਿੱਤੀ ਗਈ ਸੀ ਤਰਨਤਾਰਨ ਵਾਲੇ ਪਾਸੇ ਜਦੋਂ ਇੱਕ ਐਮਐਲਏ ਦਾ ਨਦੀਕੀ ਰਿਸ਼ਤੇਦਾਰ ਜਿਹਦੇ ਘਰ ਦੇ ਵਿੱਚ ਤਸਵੀਰਾਂ ਵੀ ਬਹੁਤ ਆਈਆਂ ਕਿ ਕਿਹੜਾ ਕਿਹੜਾ ਸਮਾਨ ਆ ਜਿਹੜਾ ਸਮਗਰੀ ਹੈ ਉਹ ਨਹੀਂ ਖੜੀ ਮਾਈਨਿੰਗ ਕਰਨ ਵਾਲੀ ਉਹ ਵੀ ਗੈਰ ਕਾਨੂੰਨੀ ਮਾਈਨਿੰਗ ਬਾ ਉਹ ਫਿਰ ਅਫਸਰ ਬਦਲ ਦਿੱਤੇ ਗਏ ਸੀ ਹਾਲਾਂਕਿ ਉਹ ਔਰਤੇ ਇਲਜ਼ਾਮ ਲਗੇਗੇ ਸੀ ਉਹ ਐਸਐਸਪੀ ਵੀ ਧੱਕਾ ਕਰ ਗਿਆ ਸੀ ਕਿ ਜੇ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੁੰਦਾ ਤੁਸੀਂ ਕੁੱਟ ਮਾਰ ਨਹੀਂ ਕਰ ਸਕਦੇ ਕਿਉਂਕਿ ਉਹ ਐਮਐਲਏ ਦੇ ਪਨਵਈਏ ਨੂੰ ਬਹੁਤ ਜ਼ਿਆਦਾ ਕਹਿੰਦੇ ਕੁੱਟਿਆ ਪਰਿਆ ਕੰਨ ਤੇ ਪਿਸਤੌਲ ਰੱਖਦਾ ਉਹ ਪੁਲਿਸ ਉਹਦਾ ਧੱਕਾ ਕਰ ਗਈ ਇਸੇ ਕਰਕੇ ਉਹ ਐਸਐਸਪੀ ਨੂੰ ਬਦਲ ਦਿੱਤਾ ਗਿਆ ਸੀ ਔਰ ਬਾਅਦ ਚ ਉਹਨੂੰ ਕਈ ਮਹੀਨਿਆਂ ਤੱਕ ਪੰਜਾਬ ਸਰਕਾਰ ਨੇ ਕੋਈ ਡਿਊਟੀ ਵੀ ਨਹੀਂ ਦਿੱਤੀ ਵਿਹਲਾ ਹੀ ਬਿਠਾਇਆ ਛੱਡਿਆ ਸੀ ਉਹ ਵੀ ਮਾੜੀ ਗੱਲ ਹੈ ਜੋ ਤੁਸੀਂ ਕਾਨੂੰਨ ਨੂੰ ਜ਼ਿਆਦਾ ਹੱਥਾਂ ਵਿੱਚ ਲੈ ਲੈਂਦੇ ਪਰ ਮਾਈਨਿੰਗ ਰੋਕਣੀ ਚਾਹੀਦੀ ਨਾ ਉਹ ਰੁਕ ਨਹੀਂ ਰਹੀ ਹੈਗੀ ਕਈ ਐਸਐਸਪੀ ਬੜੇ ਸਿਆਣੇ ਨੇ ਉਹ ਸਾਲਖੰਡ ਲਾ ਕੇ ਖੋਦੀ ਬਦਲੀ ਕਰਵਾ ਲੈਂਦੇ ਹੈਗੇ ਨੇ ਵੀ ਹਾਈ ਕੋਰਟ ਤੋਂ ਬਚੇ ਰਵਾਂਗੇ ਨਾਲੇ 4 ਪੈਸੇ ਬਣ ਜਾਂਦੇ ਹੈਗੇ ਨੇ ਬਾਕੀ ਦੂਜੇ ਜ਼ਿਲ੍ਹੇ ਚ ਜਾ ਕੇ ਲੱਗ ਜਾਂਦੇ ਹੈਗੇ ਨੇ ਪਰ ਆ ਜਿਹੜਾ ਹੁਣ ਰੋਪੜ ਦਾ ਜਿਹੜਾ ਸਵਾਲ ਸੌਰੀ ਜਿਹੜਾ ਲੁਧਿਆਣੇ ਦਾ ਸਵਾਲ ਹੈ ਜਿਹੜਾ ਲੁਧਿਆਣੇ ਦਾ ਜਿਹੜਾ ਸਵਾਲ ਆ ਕਿ ਉੱਥੋਂ ਜੇ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਫਿਰ ਵੀ ਜਦ ਕਾਨੂੰਨ ਪਾਸ ਆ 30 ਸਤੰਬਰ ਤੱਕ ਨਹੀਂ ਮਾਈਨ ਹੋਏ ਫਿਰ ਸਰਪ੍ਰਾਈਜ਼ ਵਿਜ਼ਿਟਿੰਗ ਕਰਦਾ ਛਾਪੇਮਾਰੀ ਦੀ ਲੋੜ ਨਹੀਂ ਹੈਗੀ डीसी चिट्ठी लिखे पुलिस ਨੂੰ ਲੁਧਿਆਣੇ ਵਾਲਾ ਵੀ डीसी ਤੇ ਨਵਾਂ ਸ਼ਹਿਰ ਵਾਲਾ ਵੀ डीसी पुलिस ਅਧਿਕਾਰੀਆਂ ਨੂੰ ਚਿੱਠੀ ਲਿਖਣ ਵੀ ਇਹ ਮਾਈਨਿੰਗ ਬੰਦ ਨਹੀਂ ਹੋਣੀ ਚਾਹੀਦੀ ਤੇ ਪੁਲਿਸ ਆਪੇ ਕਰਿਆਗੇ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਕਹਿੰਦੇ ਨਾ ਦਾਲ ਚ ਕੀ ਹੁੰਦੇ ਦਾਲ ਕੀ ਹੈ ਕਦਾਲ ਕਾਲੀ ਹੈ ਹਾਂ ਇੱਥੇ ਦੀ ਸਾਰੀ ਦੀ ਸਾਰੀ ਦਾਲ ਕਾਲੀ ਹੈ ਤੇ ਅਫਸਰ ਵੀ ਸਾਰੇ ਉਦਾਂ ਦੇ ਹੋਗੇ ਕਿ ਆਪਾਂ ਡੀਸੀ ਲੱਗੇ ਰੋ ਐਸਐਸਪੀ ਲੱਗੇ ਰੋ ਜਿੱਥੇ ਪਹਿਲਾਂ ਲੁੱਟ ਕੇ ਲੇ ਜੇ ਇਹ ਲੁੱਟ ਲੈਣਗੇ ਤੇ ਏਡੀ ਕੀ ਜਿਹੜੀ ਗੱਲ ਪਰ ਪੰਜਾਬ ਵਾਲਾ ਕੋਈ ਧਿਆਨ ਨਹੀਂ ਦਿੰਦਾ ਯਾਰ ਹੋਰ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਸੂਰਜ ਢਲਦਿਆਂ ਜੇ ਮਾਈਨਿੰਗ ਹੋ ਰਹੀ ਹੈ ਦਾ ਮਤਲਬ ਗੈਰਕਾਨੂੰਨੀ ਆ ਤੇ ਫਿਰ ਮਾਈਨਿੰਗ ਤੇ ਗੈਰਕਾਨੂੰਨੀ ਹੋ ਰਹੀ ਹੈ ਤੇ ਫਿਰ ਤੁਹਾਡਾ ਪ੍ਰਸ਼ਾਸਨ ਕੀ ਕਰ ਰਿਹਾਗਾ ਇਹਦਾ ਮਤਲਬ ਹੈ ਕਿ ਪੁਲਸ ਤੇ ਜਿਲ੍ਹਾ ਪ੍ਰਸ਼ਾਸਨ ਮਤਲਬ ਮਿਲੇ ਹੋਏ ਨੇ ਤੇ ਇਸ ਕਰਕੇ ਜੇ ਮਿਲੇ ਹੋਏ ਨੇ ਤੇ ਫਿਰ ਤੁਸੀਂ ਅੱਗੇ ਤੋਂ ਬੋਲਣ ਜੋਗੇ ਨਹੀਂ ਰਹਿਗੇ ਕਿ ਸੂਬੇ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਹੋਣ ਇਸ ਮਸਲੇ ਦੇ ਪੰਜਾਬ ਦੇ ਵਿੱਚ ਨਸ਼ਾ ਗੈਰਕਾਨੂੰਨੀ ਮਾਈਨਿੰਗ ਇਸ ਮਸਲੇ ਦੇ ਵਿੱਚ ਨਾ ਕਾਲੀ ਬੋਲ ਦੇ ਚੰਗੇ ਲੱਗਦੇ ਨਾ ਕਾਂਗਰਸੀ ਬੋਲ ਦੇ ਚੰਗੇ ਲੱਗਦੇ ਨੇ ਤੇ ਨਾ ਹੂੰ ਝਾੜੂ ਵਾਲੇ ਬੋਲ ਦੇ ਚੰਗੇ ਲੱਗਦੇ ਹੈਗੇ ਨੇ ਕਿਉਂਕਿ ਹਰ ਦੀ ਸਰਕਾਰ ਦੇ ਵਿੱਚ ਇਹ ਗੈਰਕਾਨੂੰਨੀ ਜਿਹੜੇ ਕੰਮ ਨੇ ਵੱਡੇ ਪੱਧਰ ਤੇ ਹੋਏ ਨੇ